ਗੱਲਾਂ ਕਰਦਿਆਂ ਨੂੰ ਹੋ ਗਏ ਕਈ ਸਾਲ ਵੇ, ਕੋਲ ਬਹਿ ਕੇ ਚਾਹੁੰਦੀਆਂ ਸੁਣਾਉਣੇ ਹਾਲ ਵੇ, ਮਾਪਿਆਂ ਨੇ ਲਾਡਲੀ ਬਣਾ ਕੇ ਰੱਖਿਆ, ਰੱਖਣਾ ਤੈਨੂੰ ਵੀ ਪੈਣਾ ਲਾਡਾ ਨਾਲ ਵੇ। ਸਾਡੇ ਦਿਲ ਦੀਆਂ ਸਾਡੇ ਦਿਲ ਦੀਆਂ ਤੰਦਾਂ ਉੜ ਜਾਈਏ ਸੱਜਣਾ, ਆ ਜਾਏ ਸਿਆਲ ਨੂੰ ਵੇ ਆਈਏ ਸੱਜਣਾ, ਖੁਸ਼ੀ ਬੜੀ ਚੜੂ ਰਾਂਝਾ ਹੀਰ ਤੇਰੀ ਨੂੰ, ਸੋਚ ਸੋਚ ਫੁੱਲੇ ਨਾ ਸਮਾਈਏ ਸੱਜਣਾ। ਜਦੋਂ ਦਿਨ ਉਹ ਪੱਕਾ ਹੋਣਾ, ਉਸ ਰਾਤੀ ਮੈਂ ਨੀ ਸੋਣਾ, ਬਸ ਚਾਵਾਂ ਵਿੱਚ ਰਾਤ ਲੰਘਾਉਣੀ ਏ। ਉਹ ਸੋਚੀ ਜਾਣਾ ਕਿ ਮੈਂ ਲਹਿੰਗਾ ਸੂਹਾ ਪਾਉਣਾ, ਤੇਰੇ ਨਾਲ ਜਿਉਂ ਖਲੋਣਾ, ਮੈਨੂੰ ਵੇਖਦੇ ਤੈਨੂੰ ਬਾਤ ਨਹੀਂ ਆਉਣੀ, ਪੈਰ ਨਾ ਜ਼ਮੀਨ ਲੱਗਣੇ ਨਾ ਜਾਵੇ, ਫਿਲਮੀ ਜੇ ਸੀਨ ਲੱਗਣੇ, ਫੋਟੋ ਇਕੱਠਿਆਂ ਦੀ ਫੋਟੋ ਇਕੱਠਿਆਂ ਦੀ ਡੀਪੀ ਦੋਵੇਂ ਲਾਈਏ ਸੱਜਣਾ, ਆ ਜਾਏ ਸਿਆਲ ਨੂੰ ਵੇ ਆਈਏ ਸੱਜਣਾ, ਖੁਸ਼ੀ ਬੜੀ ਚੜੂ ਰਾਂਝਾ ਹੀਰ ਤੇਰੀ ਨੂੰ, ਸੋਚ ਸੋਚ ਫੁੱਲੇ ਨਾ ਸਮਾਈਏ ਸੱਜਣਾ। ਚਾਲ ਵੇ ਆ ਕੇ ਮੈਨੂੰ ਲੈ ਜਾ ਮੇਰਿਆ, ਵੇ ਤੂੰ ਟੋੜੇ ਸਫਾਈਆ, ਹਵਾ ਚ ਪਿਆਰ ਦੀਆਂ ਮੈਂ ਕਵੇਂ ਦੀਆਂ ਰੁੱਤ ਮਿਲਣੇ ਦੀਆਂ, ਮੈਨੂੰ ਚਾਹਨੇ ਬਥੇਰੇ ਰਸਮਾਂ ਤੇ ਫੇਰੇ, ਸੁਪਨੇ ਸੀ ਕਈ ਸਾਲਾਂ ਦੇ ਹੁਣ ਛੇਤੀ ਪੂਰੇ, ਪਿਆਰ ਚਾਰ ਚ ਫੇਰੇ ਤੂੰ ਤੇ ਮੈਂ ਨੇੜੇ, ਡਾਂਸ ਫਲੋਰ ਉੱਤੇ ਦੋਵੇਂ ਬਾਕੀ ਸਭ ਮੂਰੇ, ਅੰਬਰ ਦੇ ਗੀਤ ਲਾਵਾਂਗੇ ਮੇਰੇ ਹਾਣੀਆਂ, ਨੱਚ ਦੁਨੀਆ ਵਖਾਵਾਂਗੇ, ਸਾਡੀ ਰੂਹਾਂ ਦਾ ਰੂਹਾਂ ਵਾਲਾ ਇਹ ਸੁਮੇਲ ਹਰ ਜਾਈਏ ਸੱਜਣਾ, ਆ ਜਾਏ ਸਿਆਲ ਨੂੰ ਵੇ ਆਈਏ ਸੱਜਣਾ, ਖੁਸ਼ੀ ਬੜੀ ਚੜੂ ਰਾਂਝਾ ਹੀਰ ਤੇਰੀ ਨੂੰ, ਸੋਚ ਸੋਚ ਫੁੱਲੇ ਨਾ ਸਮਾਈਏ ਸੱਜਣਾ।
ਕਲੀਆਂ ਤੇਰੇ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਆਉਂਦੀਆਂ ਨਸੀਬਾਂ ਨਾਲ ਇਹ ਕੜੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੁੱਲ ਕਲੀਆਂ
ਹਰਜਨ ਪਿਆਰੇ, ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਕਾਜ ਸਵਾਰੇ, ਫਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਦਾਰ, ਫਿਰ ਕਰ ਬੈਸੋ ਹਰਜਨ ਪਿਆਰੇ, ਹਰਜਨ ਪਿਆਰੇ, ਸਤਿਗੁਰ ਤੁਮਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਲਿਖੇ ਸ਼ਬਦ ਸਜਾਇ ਤੇਗ ਬਹਾਦਰ ਸਿਮਰਿਆ ਕਰਣਾ ਉਹਨੇ ਦਾਵੇ ਧਾਈ ਸਭਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਂਤਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਤੋਂ ਸਾਹਿਬਜ਼ਾਦਿਆਂ ਚਾਲੀਆਂ ਕੁੱਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਦ ਵੰਦ ਕਟਾਏ ਕੁਕੜੀਆਂ ਲੁਹਾਈਆਂ ਚਰਖੀਆਂ ਤੇ ਜੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਘ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਜ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਚਰਨਾ ਕਲਮਾ ਪਾਸ ਅਰਦਾਸ ਬੇਨਤੀ ਹੈ ਜੈਸਾ ਸਤਿਗੁਰੁ ਸੁਣੀ ਦਾ ਤੈਸੋ ਹੀ ਮੈਂ ਡੀਟ ਚੁੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬ ਸੀਠ ਹਰ ਨਾਮੋ ਮੰਤਰ ਦ੍ਰਿੜਾਇ ਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ ਪਵਿੱਤਰ ਵਾਕਾਂ ਅਨੁਸਾਰ ਦਰ ਘਰ ਦੇ ਪੀਤਵਾਨ ਸਰਦਾਰ ਅਮਰਜੀਤ ਸਿੰਘ ਵਿਰਕ ਸਰਦਾਰ ਨਰਿੰਦਰ ਸਿੰਘ ਭੁੱਲਰ ਦੋਨਾਂ ਪਰਿਵਾਰਾਂ ਵਿੱਚ ਪਾਤਸ਼ਾਹ ਜੀ ਆਪਸੀ ਮਿਲਾਪ ਹੋਇਆ ਆਪ ਜੀ ਦੀ ਅਪਾਰ ਕਿਰਪਾ ਸਦਕਾ ਪਾਤਸ਼ਾਹ ਜੀ ਮਿਲਣੀ ਹੋਣ ਲੱਗੀ ਕਿਰਪਾ ਕਰੋ ਮਿਲਣੀ ਕਰਨ ਦੀ ਆਗਿਆ ਬਖਸ਼ਿਸ਼ ਕਰੋ ਦੋਨਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਭਰੋਸਾ ਬਖਸ਼ਿਸ਼ ਕਰਨਾ ਰਹਿੰਦਾ ਵਿਆਹ ਦਾ ਕਾਰਜ ਪਾਤਸ਼ਾਹ ਜੀ ਆਪ ਜੀ ਵਿੱਚ ਵਰਤ ਕੇ ਨਿਰਵਿਘਨਤਾ ਸਹਿਤ ਸੰਪੂਰਨ ਕਰਾਉਣਾ ਸਹੀ ਪਿਆਰਿਆਂ ਦਾ ਮੇਲ ਕਰਾਉਣਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਕਦੇ
ਸੌਦੇ ਦਿਲ ਦੇ ਨੇ ਕਦੇ ਕਦਾ ਹੀ ਮਿਲਦੇ ਆ ਨੱਚੀਏ ਭੰਗੜੇ ਪਾਈਏ ਇਸ ਵਕਤ ਖੁਸ਼ੀ ਦੇ ਵੇਲੇ ਸੁਰ ਕੋ ਸਤ ਬਲ ਹਾਰਨਾ
ਹਰ ਸੇਵਾ ਬਣਤ ਬਣਾਈ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ
ਭਾਜੀ ਨੂੰ ਨਾਲ ਲੈ ਲਓ ਭਾਜੀ
ਮਹੱਲਾ ਚੌਥਾ
ਦਰਗਹ ਕਾਬ ਸੀਠ ਹਰ ਨਾਮੋ ਮੰਤਰ ਦਿਰੜਾਇੰਦਾ ਕੱਟੇ ਹਉ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਡੇ ਅਤਿ ਸਤਿਕਾਰਯੋਗ ਸਰਦਾਰ ਨਰਿੰਦਰ ਸਿੰਘ ਭੁੱਲਰ ਅਤੇ ਹਰਜੀਤ ਕੌਰ ਭੁੱਲਰ ਇਹਨਾਂ ਦੀ ਸਪੁੱਤਰੀ ਅਰਸ਼ਨੂਰ ਕੌਰ ਭੁੱਲਰ ਦਾ ਸ਼ੁਭ ਆਨੰਦ ਕਾਰਜ ਸਰਦਾਰ ਅਮਰਜੀਤ ਸਿੰਘ ਵਿਰਕ ਗੁਰਜੀਤ ਕੌਰ ਵਿਰਕ ਇਹਨਾਂ ਦੇ ਸਪੁੱਤਰ ਵੀਰ ਭਾਣ ਸਿੰਘ ਵਿਰਕ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਨੇ ਜੋ ਗ੍ਰੰਥੀ ਸਿੰਘ ਦੀ ਰਸਨਾ ਤੋਂ ਚਾਰ ਲਾਵਾਂ ਦਾ ਜਾਪ ਸਰਵਣ ਕੀਤਾ, ਰਾਗੀ ਸਿੰਘਾਂ ਦੀ ਰਸਨਾ ਤੋਂ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਆਨੰਦ ਕਾਰਜ ਹੋਇਆ ਹੈ। ਆਓ ਮੈਂ ਪੰਜ ਚਾਰ ਮਿੰਟਾਂ ਦੇ ਵਿੱਚ ਹੀ ਸਮਾਪਤੀ ਕਰਨੀ ਹੈ ਕਿ ਜੋ ਆਨੰਦ ਕਾਰਜ ਸੁਭਾਗ ਭਰੀ ਜੋੜੀ ਦਾ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹੋਇਆ ਹੈ, ਇਸ ਦੇ ਬਾਬਤ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤੀਸਰੀ ਜੋਤ ਗੁਰੂ ਅਮਰਦਾਸ ਮਹਾਰਾਜ ਜੀ ਗੁਰਬਾਣੀ ਅੰਦਰ ਪ੍ਰਮਾਣ ਕਰਦੇ ਨੇ। ਪਾਤਸ਼ਾਹ ਕਹਿੰਦੇ ਧੰਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ। ਗੁਰੂ ਕੀ ਸਾਧ ਸੰਗਤ ਜੀ, ਧੰਨ ਕਿਹਾ ਇਸਤਰੀ ਨੂੰ, ਪਿਰ ਕਿਹਾ ਪਤੀ ਨੂੰ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਦੱਸ ਰਹੇ ਨੇ ਕਿ ਜਿਸ ਸਮੇਂ ਮਨੁੱਖ ਗ੍ਰਿਸਤ ਮਾਰਗ ਧਾਰਨ ਕਰਦਾ ਹੈ, ਇਹਨਾਂ ਦੀਆਂ ਮੂਰਤੀਆਂ ਅਲੱਗ ਅਲੱਗ ਨੇ, ਪਤੀ ਪਤਨੀ ਇਹਨਾਂ ਦੇ ਸਰੀਰ ਅਲੱਗ ਅਲੱਗ ਨੇ, ਪਰ ਪਾਤਸ਼ਾਹ ਕਹਿੰਦੇ ਜਿਸ ਸਮੇਂ ਇਹਨਾਂ ਨੇ ਗ੍ਰਿਸਤ ਧਾਰਨ ਕੀਤਾ ਹੈ, ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਸੋਚ ਹੈ, ਇਹਨਾਂ ਦੇ ਵਿਚਾਰ ਨੇ ਜਿਹੜੇ ਉਹ ਇੱਕ ਨੇ, ਅਤੇ ਇਹ ਜਿਹੜਾ ਗ੍ਰਿਸਤ ਮਾਰਗ ਹੈ ਨਾ ਗੁਰੂ ਕੀ ਸਾਧ ਸੰਗਤ ਜੀ, ਇੰਨਾ ਕੁ ਸੁਖਾਲਾ ਹੋ ਜਾਵੇਗਾ ਕਿ ਜ਼ਿੰਦਗੀ ਦੇ ਵਿੱਚ ਬੜਾ ਆਨੰਦ ਆਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਅੰਦਰ ਅਤੇ ਫੁਰਮਾਨ ਕਰਕੇ ਸਾਨੂੰ ਸਮਝਾਇਆ ਹੈ, ਪ੍ਰੈਕਟੀਕਲ ਕਰਕੇ ਗੁਰੂ ਜੀ ਦਾ ਇਤਿਹਾਸ ਪੜ੍ਹ ਕੇ ਵੇਖੋ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਦੋ ਧੀਆਂ ਗੁਰੂ ਕੀ ਸਾਧ ਸੰਗਤ ਜੀ, ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਆਉਂਦਾ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ, ਅਤੇ ਬੀਬੀ ਭਾਨੀ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ। ਮੈਂ ਕਹਿਣ ਤੋਂ ਭਾਵ ਕਿ ਜਦੋਂ ਬੱਚੀ ਨੂੰ ਘਰ ਦੇ ਵਿੱਚੋਂ ਵਿਦਿਆ ਕਰਨਾ ਹੁੰਦਾ ਹੈ ਮਾਂ ਪਿਓ ਨੇ, ਅਤੇ ਸਾਡੇ ਕੁਝ ਸੰਸਕਾਰ ਨੇ ਸਾਨੂੰ ਇਹ ਦੱਸਣਾ ਚਾਹੀਦਾ ਕਿ ਧੀਏ ਅੱਜ ਇਸ ਸੰਸਾਰ ਦੇ ਵਿੱਚੋਂ ਪੇਕਿਆਂ ਦਾ ਘਰ ਛੱਡ ਕੇ ਸਹੁਰਾ ਘਰ ਅਪਣਾਉਣਾ ਹੈ, ਅਤੇ ਆਹ ਕੁਝ ਗੱਲਾਂ ਯਾਦ ਰੱਖਣੀਆਂ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੇਵਾ ਕਰਵਾ ਰਹੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਹੀਂ ਸਨ ਬਣੇ,
ਉਸ ਸਮੇਂ ਸਤਿਗੁਰੂ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੇਵਾ ਕਰਦੇ ਸਨ ਅਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਮਾਤਾ ਜੀ ਨੇ ਆ ਕੇ ਆਪਣੇ ਪਤੀ ਜੀ ਅੱਗੇ ਬੇਨਤੀ ਕੀਤੀ, ਸਤਿਗੁਰੂ ਆਪਣੀ ਛੋਟੀ ਧੀ ਬੀਬੀ ਭਾਨੀ ਵਰਯੋਗ ਹੋ ਚੁੱਕੀ ਹੈ, ਇਹਨਾਂ ਵਾਸਤੇ ਕੋਈ ਚੰਗਾ ਵਰ ਲੱਭੋ। ਜਦੋਂ ਸਾਡੇ ਬੱਚੇ ਜਵਾਨ ਹੁੰਦੇ ਨੇ ਆਪਾਂ ਆਪਣੇ ਬੱਚਿਆਂ ਵਾਸਤੇ ਚੰਗਾ ਵਰ ਲੱਭਦੇ ਹਾਂ, ਧੀ ਨੂੰ ਧੀ ਵਾਲੇ ਪਿਤਾ ਨੂੰ ਫਿਕਰ ਹੁੰਦਾ ਹੈ। ਅਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਬੀਬੀ ਭਾਨੀ ਵਾਸਤੇ ਵਰ ਕਿਹੋ ਜਿਹਾ ਹੋਵੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੀਸ 'ਤੇ ਟੋਕਰੀ ਹੈ ਮਿੱਟੀ ਵਾਲੀ, ਸੇਵਾ ਕਰਦੇ ਨੇ ਅਤੇ ਪਾਤਸ਼ਾਹ ਜੀ ਕੋਲੋਂ ਦੀ ਲੰਘ ਰਹੇ ਨੇ ਅਤੇ ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ, ਸਤਿਗੁਰੂ ਜੇ ਬੀਬੀ ਭਾਨੀ ਵਾਸਤੇ ਵਰ ਹੋਵੇ ਅਤੇ ਭਾਈ ਜੇਠੇ ਵਰਗਾ ਹੋਵੇ, ਜਿਹੋ ਜਿਹਾ ਇਹਨਾਂ ਦਾ ਸੁਭਾਅ ਹੈ, ਜਿਵੇਂ ਸੇਵਾ ਦੇ ਵਿੱਚ ਇਹ ਨਿਪੰਗ ਰਹਿੰਦੇ ਨੇ, ਕਿਸੇ ਦੇ ਨਾਲ ਕੋਈ ਮਾੜਾ ਬਚਨ ਨਹੀਂ ਬੋਲਦੇ, ਸਦਾ ਹੀ ਗੁਰੂ ਦੀ ਚਰਨਾਂ ਦੇ ਵਿੱਚ ਆਪਣਾ ਮਨ ਰੱਖਦੇ ਨੇ ਅਤੇ ਆਉਣ ਵਾਲੇ ਸਮੇਂ ਦਾ ਜਿਹੜਾ ਗੁਰੂ ਕੀ ਸਾਧ ਸੰਗਤ ਜੀ ਪਤਾ ਸੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਵਾਰਸ ਗੁਰੂ ਰਾਮਦਾਸ ਜੀ ਨੇ ਬਣਨਾ ਹੈ। ਪਾਤਸ਼ਾਹ ਕਹਿਣ ਲੱਗੇ, ਭਾਗਵਾਨੇ ਇਹਦੇ ਵਰਗਾ ਸੰਸਾਰ ਦੇ ਵਿੱਚ ਇੱਕੋ ਹੈ, ਨਾ ਤੇ ਕੋਈ ਹੈ ਅਤੇ ਨਾ ਕੋਈ ਹੋ ਸਕੇਗਾ। ਵਿਚਾਰ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਧੀ ਛੋਟੀ ਬੀਬੀ ਭਾਨੀ ਦਾ ਰਿਸ਼ਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਤੈਅ ਕੀਤਾ। ਇਤਿਹਾਸ ਬਹੁਤ ਲੰਮੇਰਾ ਹੋ ਜਾਂਦਾ, ਮੈਂ ਟੂਕ ਮਾਤਰ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਜਿਸ ਸਮੇਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਆਪਣੀ ਧੀ ਦਾ ਨਾਤਾ ਜੋੜਿਆ, ਰਿਸ਼ਤਾ ਕੀਤਾ, ਵਿਆਹ ਹੋਇਆ, ਗੁਰੂ ਬਣੇ ਸਤਿਗੁਰੂ ਗੁਰੂ ਰਾਮਦਾਸ ਜੀ ਅਤੇ ਪਾਤਸ਼ਾਹ ਜੀ ਨੇ ਆਪਣੀ ਧੀ ਨੂੰ ਤੋਰਨ ਲੱਗਿਆਂ ਕੁਝ ਬਚਨ ਆਖੇ, ਕਹਿਣ ਲੱਗੇ, ਧੀਏ ਅੱਜ ਪੇਕਾ ਘਰ ਛੱਡ ਕੇ ਸਹੁਰਾ ਘਰ ਅਪਣਾਉਣਾ, ਕੁਝ ਜਾਂਦੀ ਵਾਰ ਦੀ ਸਿੱਖਿਆ ਲੈ, ਕੁਝ ਮੰਗ ਤੇਰੇ ਮਨ ਵਿੱਚ ਕੋਈ ਇੱਛਾ ਹੋਵੇ। ਅਤੇ ਬੀਬੀ ਭਾਨੀ ਜੀ ਕਹਿਣ ਲੱਗੇ, ਸਤਿਗੁਰੂ ਗੁਰੂ ਦੀ ਧੀ ਆ ਅਤੇ ਗੁਰੂ ਦੇ ਲੜ ਲਾ ਦਿੱਤਾ, ਮੇਰੇ ਮਨ ਵਿੱਚ ਕੋਈ ਇੱਛਾ ਹੀ ਨਹੀਂ ਰਹੀ। ਅਤੇ ਗੁਰੂ ਕੀ ਸਾਧ ਸੰਗਤ ਜੀ ਪਾਤਸ਼ਾਹ ਕਹਿਣ ਲੱਗੇ, ਧੀਏ ਮੰਗ, ਇੱਕ ਪਿਤਾ ਹੋਣ ਦੇ ਨਾਤੇ ਤੇ ਮੈਂ ਤੈਨੂੰ ਕੁਝ ਕਹਿ ਰਿਹਾ ਕਿ ਤੇਰੇ ਮਨ ਵਿੱਚ ਕੋਈ ਇੱਛਾ ਹੋਵੇ ਤੇ ਮੰਗ ਲੈ। ਉਸ ਸਮੇਂ ਗੁਰੂ ਕੀ ਸਾਧ ਸੰਗਤ ਜੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਕਾਗਜ਼ ਲਿਆ, ਕਲਮ ਲਈ, ਸ਼ਾਹੀ ਲੈ ਕੇ ਪੰਜਾਬੀ ਦੇ ਤਿੰਨ ਭੱਬੇ ਲਿਖ ਕੇ ਆਪਣੀ ਧੀ ਨੂੰ ਦਿੱਤੇ। ਕਹਿਣ ਲੱਗੇ, ਧੀਏ ਅੱਜ ਪੇਕਾ ਘਰ ਛੱਡ ਕੇ ਸਹੁਰਾ ਘਰ ਅਪਣਾਉਣਾ, ਆ ਜ਼ਿੰਦਗੀ ਦੇ ਵਿੱਚ ਤਿੰਨ ਭੱਬਿਆਂ ਦਾ ਸਦਾ ਖਿਆਲ ਰੱਖੀ। ਬੀਬੀ ਭਾਨੀ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਇਹਨਾਂ ਭੱਬਿਆਂ ਬਾਰੇ ਸਾਨੂੰ ਸਮਝਾਓ, ਮੈਨੂੰ ਇਹਨਾਂ ਦੇ ਅਰਥ ਦੱਸੋ। ਅਤੇ ਅਰਥ ਦੱਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਧੀਏ ਗੁਰੂ ਦੀ ਧੀ ਹੈ, ਗੁਰੂ ਦੇ ਲੜ ਲਾਇਆ, ਅੱਜ ਪੇਕਾ ਘਰ ਛੱਡ ਕੇ ਸਹੁਰਾ ਘਰ ਅਪਣਾਉਣ ਲੱਗੀ ਹੈ, ਇੱਕ ਗੱਲ ਚੇਤੇ ਰੱਖੀ, ਪਹਿਲੇ ਭੱਬੇ ਨੂੰ ਚੇਤੇ ਰੱਖਣਾ ਹੈ, ਸਹੁਰੇ ਘਰ ਦੇ ਵਿੱਚ ਵਿਚਰਦਿਆਂ ਕਿਸੇ ਤਰ੍ਹਾਂ ਦੀ ਕੋਈ ਭੁੱਲ ਹੋ ਜਾਵੇ, ਗਲਤੀ ਹੋ ਜਾਵੇ, ਕਦੀ ਵੀ ਸਹੁਰੇ ਘਰ ਦੇ ਵਿੱਚ ਝਗੜਾ ਕੋਈ ਬਖੇੜਾ ਪੈਦਾ ਨਹੀਂ ਕਰਨਾ। ਪਹਿਲੇ ਭੱਬੇ ਦਾ ਅਰਥ ਹੈ ਮੇਰੇ ਤੋਂ ਭੁੱਲ ਹੋ ਗਈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਜੇ ਭੱਬੇ ਦਾ ਅਰਥ ਸੁਣਾਇਆ, ਪਹਿਲੇ ਭੱਬੇ ਦਾ ਅਰਥ ਭੁੱਲ, ਦੂਜੇ ਭੱਬੇ ਦਾ ਅਰਥ ਕਿ ਗੁਰੂ ਕੀ ਸਾਧ ਸੰਗਤ ਨੇ ਪਾਤਸ਼ਾਹ ਕਹਿਣ ਕਿ ਗੁਰੂ ਦੀ ਧੀ ਹੈ, ਗੁਰੂ ਦੇ ਲੜ ਲਾਇਆ, ਸਿੱਖ ਸੰਗਤਾਂ ਨੇ ਆ ਕੇ ਤੁਹਾਡੇ ਵਿੱਚ ਵਿਚਰਨਾ, ਤੁਹਾਡੇ ਅੱਗੇ ਨਤਮਸਤਕ ਹੋਣਾ ਹੈ ਤੇ ਸਦਾ ਸਭ ਦਾ ਭਲਾ ਕਰਨਾ। ਦੂਜੇ ਭੱਬੇ ਦਾ ਅਰਥ ਹੈ ਕਿ ਸਭ ਦਾ ਭਲਾ ਕਰਨਾ। ਤੇ ਪਾਤਸ਼ਾਹ ਕਹਿਣ ਕਿ ਤੀਜੇ ਭੱਬੇ ਦਾ ਅਰਥ ਹੈ ਜ਼ਿੰਦਗੀ ਦੇ ਵਿੱਚ
ਜੇ ਸੁੱਖ ਹੈ ਤੇ ਦੁੱਖ ਜ਼ਰੂਰ ਆਵੇ, ਜੇ ਰਾਤ ਹੈ ਤੇ ਦਿਨ ਬਣਿਆ। ਗੁਰੂ ਕੀ ਸਾਹਿਬ ਜੀ ਪਾਤਸ਼ਾਹ ਕਹਿੰਦੇ ਜੇ ਸੁੱਖ ਹੈ ਤੇ ਦੁੱਖ ਵੀ ਆਵੇਗਾ, ਕਦੇ ਵੀ ਪਰਿਪੂਰਨ ਪਰਮਾਤਮਾ ਰੱਬ ਦੇ ਨਾਲ ਕਿਸੇ ਤਰ੍ਹਾਂ ਦਾ ਗਿਲਾ ਸ਼ਿਕਵਾ ਨਹੀਂ ਕਰਨਾ, ਸਦਾ ਹੀ ਉਹਦੇ ਭਾਂਡੇ ਵਿੱਚ ਰਹਿਣਾ। ਤੀਜੇ ਭੱਗੇ ਦਾ ਉਚਾਰਨ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਤੀਜੇ ਭਾਂਡਾ ਮੰਗਣਾ, ਇਹਨਾਂ ਤਿੰਨ ਭੱਬਿਆਂ ਨੂੰ ਚੇਤੇ ਰੱਖਣੀ, ਖਿਆਲ ਰੱਖਣੀ ਤੇ ਜ਼ਿੰਦਗੀ ਦੇ ਵਿੱਚ ਸੁੱਖ ਪਾਵੇਗੀ। ਤੇ ਗੁਰੂ ਕੀ ਸਾਹਿਬ ਜੀ ਇਤਿਹਾਸ ਤੋਂ ਜਾਣੂ ਹੋ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਤਨੀ ਬੀਬੀ ਭਾਨੀ, ਗੁਰੂ ਅਮਰਦਾਸ ਮਹਾਰਾਜ ਦੀ ਧੀ, ਗੁਰੂ ਦੀ ਧੀ, ਗੁਰੂ ਦੀ ਪਤਨੀ, ਗੁਰੂ ਦੀ ਮਾਂ, ਗੁਰੂ ਦੀ ਦਾਦੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਛੋਟੀ ਬੰਸੀ ਹੀ ਚੱਲਿਆ ਜਾ ਰਹੀ ਹੈ। ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ। ਮੈਂ ਇੱਕ ਮਿੰਟ ਡੇਢ ਮਿੰਟ ਦੇ ਵਿੱਚ ਸਮਾਪਤੀ ਕਰ ਦੇਣੀ ਹੈ। ਇਸੇ ਤਰ੍ਹਾਂ ਹੀ ਇੱਕ ਇਤਿਹਾਸ ਵਿੱਚ ਘਟਨਾ ਹੋਰ ਹੁੰਦੀ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਨ ਦੁਨੀਆਂ ਦੇ ਮਾਲਕ ਆਪਣੀ ਧੀ ਨੂੰ ਜਦੋਂ ਤੋੜਦੇ ਨੇ, ਸਤਿਗੁਰੂ ਪਾਤਸ਼ਾਹ ਜੀ ਦੇ ਪੰਜ ਪੁੱਤਰ ਨੇ, ਇਕਲੌਤੀ ਧੀ ਹੈ ਬੀਬੀ ਮੀਰੋ ਜੀ, ਤੇ ਗੁਰੂ ਕੀ ਸਾਹਿਬ ਜੀ ਪਾਤਸ਼ਾਹ ਜੀ ਨੇ ਆਪਣੀ ਧੀ ਨੂੰ ਤੋੜਨ ਲੱਗੇ ਕੁਝ ਬਚਨ ਕਹੇ। ਉਹ ਕਵੀ ਜੀ ਨੇ ਬੜੇ ਸੋਹਣੇ ਬਚਨ ਲਿਖੇ ਨੇ। ਕਵੀ ਜੀ ਲਿਖਦੇ ਕਹਿੰਦੇ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੀ ਧੀ ਨੂੰ ਗਲਵਕੜੀ ਦੇ ਵਿੱਚ ਲੈ ਕੇ ਕੁਝ ਬਚਨ ਕਹਿਣ ਲੱਗੇ। ਉਹ ਬਚਨ ਕਿਹੜੇ ਸਨ? ਕਹਿੰਦੇ, ਸੁਣ ਪੁੱਤਰੀ ਪ੍ਰਾਣ ਤੇ ਪਿਆਰੀ, ਇਹ ਮੇਰੇ ਪ੍ਰਾਣਾ ਤੋਂ ਪਿਆਰੀ ਧੀਏ, ਇਸ ਗੱਲ ਸੁਣਨਾ ਕਰ, ਜਿਸ ਤੇ ਬੈਸ ਕੀਤਾ ਸੁੱਖ ਪਾਈ, ਜਿਸ ਪਿਤਾ ਦੇ ਘਰ ਬੜਾ ਸੁੱਖ ਆਨੰਦ ਮਾਣਿਆ ਹੈ। ਇਹ ਸੱਚੀ ਗੱਲ ਹੈ ਗੁਰੂ ਕੀ ਸਾਹਿਬ ਜੀ, ਧੀ ਜਿਹੜਾ ਆਪਣੇ ਪਿਤਾ ਦੇ ਘਰ ਵਿੱਚ ਸੁੱਖ ਆਨੰਦ ਮਾਣਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਉਸ ਤੋਂ ਜ਼ਿਆਦਾ ਸੁੱਖ ਆਨੰਦ ਉਹਨੂੰ ਸਹੁਰੇ ਘਰ ਦੇ ਵਿੱਚ ਜਾ ਕੇ ਮਿਲੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿੰਦੇ, ਧੀਏ ਇੱਕ ਗੱਲ ਸੁਣਨਾ ਕਰ, ਸੁਣ ਪੁੱਤਰੀ ਪ੍ਰਾਣ ਤੇ ਪਿਆਰੀ, ਜਿਸ ਤੇ ਵੈਸ ਕੀਤਾ ਸੁਖਕਾਰੀ, ਜਿਸ ਪਿਤਾ ਦੇ ਘਰ ਦੇ ਵਿੱਚ ਬੜਾ ਸੁੱਖ ਆਨੰਦ ਮਾਣਿਆ ਹੈ। ਪਾਤਸ਼ਾਹ ਕਹਿੰਦੇ, ਅੰਮ੍ਰਿਤ ਵੇਲੇ ਉੱਠ ਵਜਨ ਕਰਿਓ, ਅੰਮ੍ਰਿਤ ਵੇਲੇ ਉੱਠਣਾ ਧੀਏ, ਵਜਨ ਦਾ ਭਾਵ ਹੈ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਵਜਨ ਕਰਿਓ, ਗੁਰਬਾਣੀ ਤਬ ਮੁੱਖ ਤੇ ਰਹੇ। ਆਹ ਸਿੱਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਧੀ ਨੂੰ ਦਿੱਤੀ, ਜਿਹੜਾ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦਿੱਤੀ। ਅਸੀਂ ਬੁਨਿਆਦੀ ਪੜ੍ਹਾਈਆਂ ਕਰਵਾ ਰਹੇ ਹਾਂ ਗੁਰੂ ਕੀ ਸਾਹਿਬ ਜੀ, ਚੰਗੀ ਗੱਲ ਹੈ, ਸਾਨੂੰ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ, ਪਰ ਉੱਥੇ ਗੁਰਮੁਖ ਦੀ ਵੀ ਪੜ੍ਹਾਈ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ ਹੈ। ਪਾਤਸ਼ਾਹ ਕਹਿੰਦੇ, ਅੰਮ੍ਰਿਤ ਵੇਲੇ ਤੁਹਾਨੂੰ ਮੰਦਰ ਕਰਿਓ, ਗੁਰਬਾਣੀ ਮੁੱਖ ਤੇ ਰਹਿਓ, ਪਦ ਸੇਵਕ ਕੀ ਸੇਵਾ ਸੁਪਨੀ, ਉਹਦੀ ਰੀਤ ਚਿੱਤ ਮੈਂ ਧਰਨੀ, ਫਿਰ ਸਵਾਗਤੀ ਵਾਲੀ ਬਣਦੀਆਂ। ਕਵੀ ਜੀ ਦੇਖਦੇ ਤੇ ਕਵੀ ਜੀ ਕਹਿੰਦੇ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿੰਦੇ, ਧੀਏ ਅੱਜ ਪਿਤਾ ਘਰ ਛੱਡ ਕੇ ਸਹੁਰਾ ਘਰ ਅਪਣਾਉਣ ਲੱਗੀ ਹੈ, ਪਿਤਾ ਸਹੁਰੇ ਨੂੰ ਪਿਤਾ ਦਾ ਦਰਜਾ ਤੇ ਸੱਸ ਨੂੰ ਮਾਂ ਦਾ ਦਰਜਾ ਦੇਣਾ ਹੈ, ਪਤੀ ਨੂੰ ਪਰਮੇਸ਼ਰ ਦਾ ਦਰਜਾ ਦੇਣਾ ਹੈ। ਉਹ ਕਿਹੜੇ ਵਚਨ ਨੇ? ਸਾਸ ਸਸੁਰ ਕੀ ਸੇਵਾ ਕਰਨੀ, ਗੁਰਜਨ ਕੀ ਇੱਜ਼ਤ ਬਹੁਤ ਕਰਨੀ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਧੀ ਨੂੰ ਜਾਣ ਲੱਗਿਆ ਸਿੱਖਿਆ ਦਿੱਤੀ ਗੁਰੂ ਕੀ ਸਾਹਿਬ ਜੀ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜਿੱਥੇ ਸਾਡੇ ਅੱਜ ਸਰਕਾਰ ਯੋਗ ਨਰਿੰਦਰ ਸਿੰਘ ਢੁੱਲਰ ਅਤੇ ਹਰਜੀਤ ਕੌਰ ਢੁੱਲਰ, ਭੈਣ ਹਰਸ਼ਰੂਪ ਕੌਰ ਢੁੱਲਰ, ਸੋ ਅਨੰਦ ਕਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮੰਦਰੀ ਮੰਦਰ, ਅਮਰਜੀਤ ਸਿੰਘ ਵਿਰਕ, ਗੁਰਜੀਤ ਕੌਰ ਵਿਰਕ, ਕਾਕਾ ਵੀਰ ਭਾਨ ਸਿੰਘ ਵਿਰਕ ਦੇ ਨਾਲ ਹੋਇਆ ਹੈ। ਮੈਂ ਸੁਭਾਗ ਭਰੀ ਜੋੜੀ ਨੂੰ ਬੇਨਤੀ ਕਰਦਾ ਹਾਂ, ਸੰਸਾਰ ਦੇ ਵਿੱਚ ਵਿਚਰਦਿਆਂ ਬੜਾ ਹੀ ਸੁੱਖ ਆਨੰਦ ਆਉਂਦਾ ਹੈ, ਕਦੇ ਵੀ ਗੁਰੂ ਦੇ ਨਾਲ ਬਿਨਾਂ ਸ਼ਿਕਵਾ ਨਹੀਂ ਕਰਨਾ।
ਬਾਣੀ ਤੇਰੀ ਹਜ਼ੂਰੀ ਦੇ ਅੰਦਰ ਚਾਰ ਲਹਾਂ ਦਾ ਪਾਠ ਕਰਕੇ ਪਹਿਲੀ ਅਰੰਭਤਾ ਦੀ ਅਰਦਾਸ ਹੋਈ ਹੈ, ਹੁਣ ਸੰਪੂਰਨਤਾ ਦੀ ਅਰਦਾਸ ਹੋਈ ਹੈ। ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੂੰ ਤੇ ਹੋਵੇ ਸੋਨ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਸਹਾਈ। ਵਾਹਿਗੁਰੂ ਜੀ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਬਾਤ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਬ੍ਰਿਥ ਭਗਵਤੀ ਸਿਮਰ ਕੈ ਗੁਰੂ ਨਾਨਕ ਦੇਈ ਧਿਆਏ, ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨਿਦ ਆਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਡੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਦੇਖ ਵਾਹੀ ਦੇਖ ਸੁਣ ਕੇ ਅਨਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ, ਤਾਨਾਰਿਆਂ ਨਾਲ ਕਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ, ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤਾਵੇ ਚਿਤਾਵਨ ਦਾ ਸਤਿਕਾਰ, ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੋਂਗੇ, ਯੁੱਗ ਹੋ ਯੁੱਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੰਥ ਦਾ ਰਾਖਾ, ਆਪ ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਬਿਰਡਾਈ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ, ਪਵਿੱਤਰ ਵਾਕਾ ਅਨੁਸਾਰ
ਦਰ ਘਰ ਦੇ ਪ੍ਰੀਤਵਾਲ ਸਰਦਾਰ ਨਰਿੰਦਰ ਸਿੰਘ ਭੁੱਲਰ ਅਤੇ ਹਰਜੀਤ ਕੌਰ ਭੁੱਲਰ ਦੀ ਸੁਪੁੱਤਰੀ ਅਰਸ਼ਨੂਰ ਕੌਰ ਭੁੱਲਰ ਦਾ ਸ਼ੁਭ ਆਨੰਦ ਕਾਰਜ ਸਰਦਾਰ ਅਮਰਜੀਤ ਸਿੰਘ ਵਿਰਕ, ਗੁਰਜੀਤ ਕੌਰ ਵਿਰਕ ਇਹਨਾਂ ਦੇ ਪੁੱਤਰ ਵੀਰ ਭਾਨ ਸਿੰਘ ਵਿਰਕ ਦੇ ਨਾਲ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਗ੍ਰੰਥੀ ਸਿੰਘ ਨੇ ਚਾਰ ਨਾਵਾਂ ਦਾ ਜਾਪ ਕੀਤਾ, ਰਾਗੀ ਸਿੰਘਾਂ ਨੇ ਪਾਵਨ ਗੁਰਬਾਣੀ ਦਾ ਕੀਰਤਨ ਕੀਤਾ, ਉਪਰੰਤ ਕਥਾ ਵਿਚਾਰਾਂ ਹੋਈਆਂ। ਗਰੀਬ ਨਿਵਾਜ ਜੀਓ, ਬਾਣੀ ਦੇ ਜਾਪ ਕਰਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਸ਼ੁੱਧ ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ ਬਲ, ਉੱਦਮ ਬਖਸ਼ਿਸ਼ ਕਰਨਾ, ਇਸ ਨਾਮ ਬਾਣੀ ਦੇ ਆਸਰੇ ਸੁਭਾਗ ਪਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਦੋਨਾਂ ਪਰਿਵਾਰਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਆਪ ਜੀ ਨੂੰ ਸੁੰਦਰ ਰਮਾਲੇ ਭੇਟਾ ਕੀਤੇ ਗਏ ਨੇ। ਸਤਿਗੁਰੂ ਜੀ ਅੰਗੀਕਾਰ ਕਰੋ, ਸੇਵਕ ਪਰਿਵਾਰਾਂ ਦੇ ਲੋਕ ਪਰਲੋਕ ਦੇ ਅੰਦਰ ਪੜਦੇ ਢੱਕੀ ਰੱਖਣੇ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਪ੍ਰਸ਼ਾਦ, ਸੰਗਤ ਚ ਵਰਤਾਉਣ ਦੀ ਆ ਗਿਆ ਹੋਵੇ, ਜਿਸ ਮੁੱਖ ਪਾਵੇ ਸਤਨਾਮ, ਤੇਰੀ ਵਾਹਿਗੁਰੂ ਦਾ ਵਾਜਾ ਆਵੇ। ਦਰ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲਫੁਲ ਭੇਟਾਵਾਂ ਅੰਗੀਕਾਰ ਕਰਕੇ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਭਰੋਸਾ ਬਖਸ਼ਿਸ਼ ਕਰਨਾ ਜੀ। ਗੁਰਮਤਿ ਅਨੁਸਾਰ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਜੀ, ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ੋ, ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚੈ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਵਾਰ ਹੋਏ ਸਾ ਮਿਲੇਗੇ, ਵਾਹਿਗੁਰੂ ਨਾਮ ਜਹਾਜ਼ ਹੈ, ਮਾਤ ਜੋ ਮੈਂ ਆਪਣ ਸਿਮਰਨ ਦੇ ਤੈਨੂੰ
ਸਾਧਗੁਰ ਤੁਮੇ ਮਿਲਾਓ ਤੋ ਸੁਣੀ ਤੁਮਾਰੀ ਬਾਣੀ ਅਣਤ ਪਾਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀ ਮੇਰੀ ਜੋ ਰੱਬ ਰੱਖੇ ਤੇਰੀ ਮੇਰੀ ਜੋੜੀ ਹਮੇਸ਼ਾ ਰੱਬ ਰੱਖੇ ਤੇਰੀ ਮੇਰੀ ਜੋੜੀ ਹਮੇਸ਼ਾ ਰੱਬ ਰੱਖੇ ਸੁੱਖ ਦੁੱਖ ਵੇਲੇ ਆਪਾਂ ਦੋਵੇਂ ਹੀ ਖੜੇ ਤੇਰੀ ਮੇਰੀ ਜੋੜੀ ਹਮੇਸ਼ਾ ਰੱਬ ਰੱਖੇ ਤੇਰੀ ਮੇਰੀ ਜੋੜੀ ਹਮੇਸ਼ਾ ਰੱਬ ਰੰਗ
ਤੂੰ ਮੈਂ ਅਧੂਰੇ ਹੁੰਨੇ ਆ ਪੂਰੇ ਇੱਕ ਦੂਜੇ ਦੇ ਸੰਗ ਤੂੰ ਮੈਂ ਅਧੂਰੇ ਹੁੰਨੇ ਆ ਪੂਰੇ ਇੱਕ ਦੂਜੇ ਦੇ ਸੰਗ ਕਲੀਆਂ ਨੂੰ ਮਹਿਕਣ ਭੁੱਲ ਜਾਂਦਾ ਏ ਫੁੱਲਾਂ ਦਾ ਚੋ ਜਾਂਦਾ ਰੰਗ ਸਾਨੂੰ ਓ ਕਾਇਨਾਤ ਨਹਾਰੇ ਹੋਈਏ ਰਾਜਾ ਰਾਣੀ ਜਿਵੇਂ ਦੇਸ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਕੇ ਸਾਨੂੰ ਵੇਖ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਕੇ ਸਾਨੂੰ ਵੇਖ ਦੇ ਵਿੱਚ ਵਿੱਚ ਜਾਂਦੀ ਵਾਰੇ ਵਾਰੇ ਧਰਤੀ ਸਾਡੀ ਨਜ਼ਰ ਉਤਾਰੀ ਓ ਵਿੱਚ ਵਿੱਚ ਜਾਂਦੀ ਵਾਰੇ ਵਾਰੇ ਧਰਤੀ ਸਾਡੀ ਨਜ਼ਰ ਉਤਾਰੀ ਵੇਖੇ ਨਹੀਂ ਹੋਣੇ ਨੇ ਵੀ ਸੱਜਣੀ ਸੱਜਣ ਇਹਨੇ ਵੇਚ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਕੇ ਸਾਨੂੰ ਵੇਖ ਦੇ ਬਦਲਾਂ ਸਲਾਏ ਹਾਏ ਮਰ ਜਾਈਏ ਜੋੜੀ ਇਨਸ਼ਾ ਅੱਲਾਏ ਚੋਰੀ ਚੋਰੀ ਕੀਤੀ ਹਵਾ ਬਦਲਾਂ ਸਲਾਏ ਹਾਏ ਮਰ ਜਾਈਏ ਜੋੜੀ ਇਨਸ਼ਾ ਅੱਲਾਏ ਫਰਿਸ਼ਤੇ ਵੀ ਰੱਬ ਭੁੱਲ ਕੇ ਇਸ਼ਕ ਸਾਡੇ ਨੂੰ ਮੱਥਾ ਟੇਕ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਕੇ ਸਾਨੂੰ ਵੇਖ ਦੇ ਖੇਡ ਅਰਬਾਨੀਏ ਖੁਦਾ
ਪਾਈਏ ਇੱਕੋ ਰੂਹ ਕਿਵੇਂ ਦੋ ਜਿਸ ਮਾਚ ਪਾਈਏ ਖੁਦਾ ਦੀ ਖੁਦਾਈ ਇੱਕੋ ਰੂਹ ਕਿਵੇਂ ਦੋ ਜਿਸ ਮਚ ਪਾਈ ਵੀਰਾ ਪੰਨੇ ਸਾਂਝੇ ਰੱਖ ਲਏ ਲਿਖਣ ਵਾਲੇ ਨੇ ਸਾਡੇ ਲੇਖ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਉਹ ਕੇ ਸਾਨੂੰ ਵੇਖ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਉਹ ਕੇ ਸਾਨੂੰ ਵੇਖ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਉਹ ਕੇ ਸਾਨੂੰ ਵੇਖ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਉਹ ਕੇ ਸਾਨੂੰ ਵੇਖ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਉਹ ਕੇ ਸਾਨੂੰ ਵੇਖ ਦੇ ਮਿਲਦੇ ਜਦੋਂ ਆ ਤੂੰ ਤੇ ਮੈਂ ਅੰਬਰ ਨੇ ਉਹ ਕੇ ਸਾਨੂੰ ਵੇਖ ਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਉਹ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਤੇਰੀ ਰਹਿਮਤ ਦਾ ਮੈਂ ਦਾਤਾ ਕਿੱਦਾਂ ਕਰਜ਼ ਉਤਾਰਾਂ ਵਾਲ ਵਿੰਗਾ ਤੂੰ ਹੋਣ ਨਾ ਦੇਵੇ ਆਉਣ ਤੂਫਾਨ ਹਜ਼ਾਰਾਂ ਤੇਰੀ ਰਹਿਮਤ ਦਾ ਮੈਂ ਦਾਤਾ ਕਿੱਦਾਂ ਕਰਜ਼ ਉਤਾਰਾਂ ਵਾਲ ਵਿੰਗਾ ਤੂੰ ਹੋਣ ਨਾ ਦੇਵੇ ਆਉਣ ਤੂਫਾਨ ਹਜ਼ਾਰਾਂ ਹਰ ਮੈਦਾਨ ਫਤਿਹ ਤੂੰ ਬਖਸ਼ੇ ਹਰ ਮੈਦਾਨ ਫਤਿਹ ਤੂੰ ਬਖਸ਼ੇ ਟਹਿਣ ਨਾ ਦੇਵੇ ਤੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਜਿੱਥੇ ਦੇਖਾਂ ਤੈਨੂੰ ਪਾਵਾਂ ਹਰ ਥਾਂ ਦੇ ਵਿੱਚ ਤੂੰ
ਤੂੰ ਹੀ ਤੂੰ ਮੈਂ ਜਿੱਥੇ ਜਾਵਾਂ ਹਰ ਨਾਂ ਦੇ ਵਿੱਚ ਤੂੰ ਜਿੱਥੇ ਦੇਖਾਂ ਤੂੰ ਹੀ ਤੂੰ ਏ ਹਰ ਥਾਂ ਦੇ ਵਿੱਚ ਤੂੰ ਤੂੰ ਹੀ ਤੂੰ ਮੈਂ ਜਿੱਥੇ ਜਾਵਾਂ ਹਰ ਨਾਂ ਦੇ ਵਿੱਚ ਤੂੰ ਤੇਰੇ ਦਰ ਤੇ ਚਾਨਣ ਹੋ ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ ਹੋ ਫੁੱਲਾਂ ਦੀ ਫੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ ਮੇਰੀ ਸਖੀਆਂ ਦੇ ਨਾਲ ਸਾਂਝ ਮੁੱਕੀ ਮੇਰਾ ਪਿੰਡ ਹੋਇਆ ਪਰਜਾਈਆਂ ਦਾ ਮੇਰੀ ਸੁੱਖ ਸਾਂਧ ਦਾ ਪਤਾ ਲੈਣਾ ਵੇ ਤੁਹਾਡਾ ਪੁੰਨ ਹੋਊਗਾ ਪਾਈਆਂ ਦਾ ਇੱਕ ਪਲ ਨਾ ਅੱਖੀਓ ਦੂਰ ਕਰਦੀ ਇੱਕ ਪਲ ਨਾ ਅੱਖੀਓ ਦੂਰ ਕਰਦੀ ਤੇ ਅੱਜ ਤੋਰੇ ਕੱਲੀ ਨੀ ਮੈਂ ਇੱਕ ਕਰ ਤੇਰਾ ਜੋੜਿਆ ਤੇ ਜੋੜਨ ਚੱਲੀ ਨੀ ਮਾਇਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਮਾਇਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ
ਕਰ ਤੇਰਾ ਜੋੜਾ ਤੇ ਇੱਕ ਜੋੜਨ ਚੱਲੀ ਨੀ ਮਾਏ ਇੱਕ ਕਰ ਤੇਰਾ ਜੋੜਾ ਤੇ ਇੱਕ ਜੋੜਨ ਚੱਲੀ ਨੀ ਮਾਏ ਇੱਕ ਕਰ ਤੇਰਾ ਜੋੜਾ ਤੇ ਇੱਕ ਜੋੜਨ ਚੱਲੀ ਨੀ ਸੰਗੀਤ ਨਹੀਂ ਦੁਨੀਆ ਦਾ ਕੋਈ ਸਾ
ਮੋਤੀ ਲਹਿਰਾਂ ਲਿਸ਼ਕਦੀਆਂ ਤੇ ਜ਼ੁਲਫ ਤੇਰੀ ਦਾ ਉੱਡਣਾ ਹੋਸ਼ ਉਡਾ ਦਿੰਦਾ ਡੁੱਬਦਾ ਸੂਰਜ ਮੁੜ ਕੇ ਉੱਗਣ ਲਾ ਦਿੰਦਾ ਕਲਮਾ ਪੜੇ ਜਦੋਂ ਇਸ ਦੁਨੀਆਂ ਤੇ ਹੋਣਾ ਤੇਰਾ ਅੜੀਏ ਨੀ ਇਸ ਦੁਨੀਆਂ ਨੂੰ ਸੋਹਣਾ ਹੋਰ ਬਣਾ ਦਿੰਦਾ ਡੁੱਬਦਾ ਸੂਰਜ ਮੁੜ ਕੇ ਉੱਗਣ ਲਾ ਦਿੰਦਾ।